ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਮਵਾਤੀ ਕਿ ਸਤਿਗੁਰੂ ਬਦਾਹ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਅਕਾਲ ਪੁਰਖ ਵਹਿਗੁਰੂ ਕਿ ਜੋ ਤੇਰੀ ਵਿਚਾਰ ਤਾਰਾ ਹੈ ਸਾਰਿਆਂ ਨੂੰ ਇੱਕ ਦੇਖਣ ਦੀ ਬਰਾਬਰਤਾ ਦੀ ਦੇਖਣ ਦੀ ਚਰਨ ਨਾ ਛਾਡੂ ਮੈਂ ਇਸ ਵਿਚਾਰ ਤਾਰਾ ਨੂੰ ਨਹੀਂ ਛੱਡਾਂਗਾ ਇਹਦੇ ਬਦਲੇ ਦੇ ਵਿੱਚ ਚਾਹੇ ਮੈਨੂੰ ਕੁਰਬਾਨ ਵੀ ਹੋਣਾ ਪੈ ਜਾਵੇ ਸ਼ਹੀਦ ਵੀ ਹੋਣਾ ਪੈ ਜਾਵੇ ਮੇਰਾ ਸਰੀਰ ਦਾ ਕਤਲ ਵੀ ਹੋ ਜਾਵੇ ਮੈਂ ਇਸ ਵਿਚਾਰਤਾਰਾਂ ਨੂੰ ਨਹੀਂ ਛੱਟਾਂਗਾ ਕਿ ਆਪਣੇ ਸਮਾਜ ਦੇ ਔਰ ਆਪਣੇ ਦੁੱਖਾਂ ਦਾ ਨਿਪਟਾਰਾ ਕਰਨ ਦੇ ਲਈ ਔਰ ਦੂਸਰਿਆਂ ਦੇ ਬਰਾਬਰ ਆਪਣੇ ਸਮਾਜ ਨੂੰ ਲਿਆਉਣ ਦੇ ਲਈ ਸਤਿਗੁਰੂ ਰਬਦਾਸ ਜੀ ਮਹਾਰਾਜ ਕਿਸੇ ਡੇਰੇ ਤੇ ਨਹੀਂ ਗਏ ਕਿਸੇ ਪੀਰਾਂ ਦੇ ਜਾ ਕੇ ਉਹਨਾਂ ਨੇ ਮੱਥਾ ਪੀਰਾਂ ਦੀ ਜਗ੍ਹਾ ਤੇ ਜਾ ਕੇ ਮੱਥਾ ਨਹੀਂ ਟੇਕਿਆ ਹੈ ਉਹਨਾਂ ਨੇ ਕਿਸੇ ਦੇਵੀ ਦੇਵਤੇ ਦੀ ਸ਼ਰਨ ਵਿੱਚ ਨਹੀਂ ਗਏ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਮਨੋਤਾ ਸਨ ਉਹ ਜਾਂ ਜੋਗੀਆਂ ਦੇ ਡੇਰਿਆਂ ਤੇ ਨਹੀਂ ਗਏ ਤੇ ਉਹਨਾਂ ਨੇ ਜੇਕਰ ਬੇਨਤੀ ਕੀਤੀ ਹੈ ਜੇ ਸਹਾਰਾ ਲਿਆ ਹੈ ਤਾਂ ਉਸ ਆਕਾਲਪੁਰਖ ਵਹਿਗੁਰੂ ਪਰਮੇਸ਼ਰ ਦਾ ਲਿਆ ਹੈ ਜੋ ਜੀਵਨ ਚੱਲ ਰਿਹਾ ਹੈ ਧਰਤੀ ਦੇ ਉੱਤੇ ਦਰਖਤ ਨੇ ਹੋਰ ਪਸ਼ੂ ਪਸ਼ੂ ਨੇ ਪੰਛੀ ਨੇ ਮਨੁੱਖ ਨੇ ਇਹਨਾਂ ਦੇ ਅੰਦਰ ਜੋ ਜੀਵਨ ਹੈ ਚੱਲ ਰਿਹਾ ਜੋ ਇਹ ਤੁਰਦੇ ਨੇ ਫਿਰਦੇ ਨੇ ਬੋਲਦੇ ਨੇ ਪੰਛੀ ਉਡਾਰੀਆਂ ਭਰਦੇ ਨੇ ਦਰਾਖਤ ਹਰੇ ਭਰੇ ਸਾਨੂੰ ਦਿਖਾਈ ਦਿੰਦੇ ਨੇ ਉਹਨਾਂ ਨੂੰ ਫੁੱਲ ਲੱਗਦੇ ਨੇ ਉਹਨਾਂ ਨੂੰ ਫਲ ਲੱਗਦੇ ਨੇ ਇਹ ਸਾਰਾ ਜੋ ਜੀਵਨ ਲਾਹ ਹੈ ਇਹ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੀ ਸਾਰਿਆਂ ਦੇ ਅੰਦਰ ਧੜਕ ਰਹੀ ਹੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਹੀ ਇਹਨਾਂ ਜੀਵਾਂ ਨੂੰ ਜੀਵਨ ਦੇਣ ਵਾਲਾ ਹੈ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਇਹ ਜੋ ਮੈਂ ਲੜਾਈ ਲੜਨ ਜਾ ਰਿਹਾ ਹਾਂ ਆਪਣੇ ਸਮਾਜ ਨੂੰ ਦੇ ਲਈ ਬਰਾਬਰਤਾ ਦੀ ਉਹਨਾਂ ਦੇ ਹੱਕਾਂ ਦੀ ਇਹਦੇ ਵਿੱਚ ਜੋ ਆਉਣ ਵਾਲੀਆਂ ਰਕਾਵਟਾਂ ਹਨ ਉਹਨਾਂ ਨੂੰ ਦੂਰ ਕਰੋ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਰਨ ਸ਼ਬਦ ਆਉਂਦਾ ਹੈ ਇਹਦੇ ਅਰਥ ਅਸੀਂ ਪੈਰਾਂ ਤੋਂ ਨਹੀਂ ਕਰਨੇ ਹਨ ਕਿੁਰਕੇ ਚਰਨ ਰਿਧੇ ਮੈਂ ਧਾਰੋ ਹੁਣ ਇਹਦੇ ਜੇ ਅਸੀਂ ਅਰਥ ਪੈਰ ਕਰਾਂਗੇ ਹੁਣ ਹਿਰਦੇ ਦੇ ਵਿੱਚ ਪੈਰ ਕਿਵੇਂ ਰੱਖੇ ਜਾ ਸਕਦੇ ਨੇ ਆਹ ਜਿਹੜੇ ਮਾਸ ਦੇ ਪੈਰ ਨੇ ਇਨਾਂ ਨੂੰ ਸੇ ਵੱਡ ਕੇ ਆਪਣੇ ਹਿਰਦੇ ਦੇ ਵਿੱਚ ਰੱਖਾਂਗੇ ਸਮਾਜ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਤਗੁਰੂ ਰਬਦਾਸ ਜੀ ਮਹਾਰਾਜ ਜਦੋਂ ਕਿਤੇ ਹੋਰ ਨਹੀਂ ਗਏ ਜਦੋਂ ਉਹਨਾਂ ਨੇ ਐਡਾ ਵੱਡਾ ਲੜਾਈ ਲੜਨ ਦੇ ਲਈ ਹਜ਼ਾਰਾਂ ਸਾਲਾਂ ਦੇ ਗੁਲਾਮੀ ਦੇ ਸੰਗੜ ਲਾਉਣ ਦੇ ਲਈ ਕੇਵਲ ਤੇ ਕੇਵਲ ਇੱਕ ਰੱਬ ਦਾ ਆਸਰਾ ਤੱਕਿਆ ਤਾਂ ਫਿਰ ਅਸੀਂ ਕਿਉਂ ਆ ਜੋ ਹੋਰ ਝੂਠੇ ਰੱਬ ਪੈਦਾ ਕੀਤੇ ਹੋਏ ਨੇ ਧਰਤੀ ਦੇ ਉੱਤੇ ਜਿਹੜੇ ਕਿ ਇੱਕ ਦਿਨ ਖਤਮ ਹੋ ਜਾਣੇ ਨੇ ਇਹ ਜਿਹੜੇ ਅਸੀਂ ਕਥਾ ਤਤ ਬਣਾਈ ਫਿਰਦੇ ਨਾ ਸਹਾਰੇ ਇਹ ਰਹਿਣੇ ਨਹੀਂ ਹੈ ਇਹ ਖੁਦ ਕਿਸੇ ਦੇ ਬਣਾਏ ਹੋਏ ਨੇ ਇਹਨਾਂ ਦਾ ਆਪਣਾ ਕੁਝ ਨਹੀਂ ਹੈ ਤੋ ਇਸ ਕਰਕੇ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਉਸ ਪਾਵਰ ਨੂੰ ਉਸ ਸ਼ਕਤੀ ਨੂੰ ਪਕੜਿਆ ਉਹਦਾ ਉਹ ਠਾਸਰਾ ਸਹਾਰਾ ਲਿਆ ਜੋ ਆਦ ਸੱਚ ਹੈ ਜੁਗਾਦ ਸੱਚ ਹੈ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਜਿਹੜੀ ਕਦੇ ਮਰਦੀ ਨਹੀਂ ਹੈ ਜੋ ਸੈ ਪੰਗ ਹੈ ਜੋ ਆਪਣੇ ਆਪ ਤੋਂ ਬਣੇ ਹੈ